ਕੁੜੀਆਂ ਛੇੜਨ ਤੋਂ ਮਨਾ ਕੀਤਾ ਤਾਂ ਸ਼ਖਸ ਦੇ ਨਾਲ ਘਰ ਦੇ ਵਿੱਚ ਵੜ ਕੇ ਕੁੱਟਮਾਰ ਕੀਤੀ ਗਈ ਹੈ, ਜਿਸ ਤੋਂ ਬਾਅਦ ਉਸ ਸ਼ਖਸ ਦਾ ਆਟੋ ਵੀ ਭੰਨ ਦਿੱਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ ਆਟੋ ਦੇ ਵਿੱਚ ਬੈਠ ਕੇ ਜਦੋਂ ਸਕੂਲ ਤੋਂ ਕੁਝ ਲੜਕੀਆਂ ਘਰ ਵਾਪਿਸ ਆ ਰਹੀਆਂ ਸੀ ਤਾਂ ਰਸਤੇ ਦੇ ਵਿੱਚ ਕੁਝ ਨਸ਼ੇੜੀ ਯੁਵਕ ਖੜੇ ਸੀ। ਉਹਨਾਂ ਦੇ ਵੱਲੋਂ ਜੋ ਹੈ ਪਹਿਲਾਂ ਤਾਂ ਕੁੜੀਆਂ ਨੂੰ ਸੀਟੀਆਂ ਮਾਰ ਕੇ ਛੇੜਿਆ ਗਿਆ ਤੇ ਫਿਰ ਕਿਹਾ ਜਾ ਰਿਹਾ ਕਿ ਚੱਲਦੇ ਆਟੋ ਦੇ ਵਿੱਚ ਇੱਕ ਬਾਈਕ ਸਵਾਰ ਨੌਜਵਾਨ ਦੇ ਵੱਲੋਂ ਉਸ ਲੜਕੀ ਦੀ ਬਾਂਹ ਨੂੰ ਫੜ ਲਿਆ ਜਾਂਦਾ, ਜਿਸ ਤੋਂ ਬਾਅਦ ਆਟੋ ਚਾਲਕ ਦੇ ਵੱਲੋਂ ਆਟੋ ਰੋਕ ਕੇ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਤਾਂ ਗੁੱਸੇ ਦੇ ਵਿੱਚ ਆਏ ਇਹਨਾਂ ਨੌਜਵਾਨਾਂ ਦੇ ਵੱਲੋਂ ਪਹਿਲਾਂ ਤਾਂ ਘਰ ਦੇ ਉੱਪਰ ਆ ਕੇ ਪਥਰਾਅ ਕੀਤਾ ਜਾਂਦਾ, ਘਰ ਦੇ ਬਾਹਰ ਖੜਾ ਆਟੋ ਤੱਕ ਤੋੜ ਦਿੱਤਾ ਜਾਂਦਾ ਤੇ ਜੋ ਆਟੋ ਚਾਲਕ ਹੈ ਉਸਦੇ ਵੀ ਡੂੰਘੀਆਂ ਸੱਟਾਂ ਮਾਰੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਉਸਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਜੋ ਮੁਹੱਲੇ ਦੇ ਲੋਕ ਸੀ ਉਹਨਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਹਰ ਮੋੜ ਤੇ ਸ਼ਰੇਆਮ ਨਸ਼ਾ ਵਿਕਦਾ, ਨੌਜਵਾਨ ਜੋ ਨੇ ਵੱਡੀ ਗਿਣਤੀ ਦੇ ਵਿੱਚ ਨਸ਼ਿਆਂ ਦੇ ਵਿੱਚ ਪੈ ਚੁੱਕੇ ਨੇ ਤੇ ਕਈਆਂ ਦੀ ਜਾਨ ਤੱਕ ਜਾ ਚੁੱਕੀ ਹੈ, ਪਰ ਪੁਲਿਸ ਦੇ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪੁਲਿਸ ਇਸ ਇਲਾਕੇ ਦੇ ਵਿੱਚ ਛਾਪਾ ਮਾਰਦੀ ਹੈ ਤਾਂ ਹੂਟਰ ਵਜਾਉਂਦੀ ਹੋਈ ਆਉਂਦੀ ਹੈ, ਜਿਸ ਨੂੰ ਸੁਣ ਕੇ ਇਹ ਸਾਰੇ ਹੀ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਤਾਂ ਫਰੀਦਕੋਟ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਸ਼ਰੇਆਮ ਨਸ਼ਾ ਵੇਚਣ ਦਾ ਦਾਅਵਾ ਇਹਨਾਂ ਲੋਕਾਂ ਦੇ ਵੱਲੋਂ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਗਲੀ ਦੇ ਹਰ ਮੋੜ ਦੇ ਉੱਤੇ ਨਸ਼ਾ ਵੇਚਣ ਵਾਲੇ ਖੜੇ ਹੁੰਦੇ ਨੇ ਅਤੇ ਨੌਜਵਾਨ ਵੱਡੀ ਗਿਣਤੀ ਦੇ ਵਿੱਚ ਇੱਥੋਂ ਨਸ਼ਾ ਲੈ ਕੇ ਪਹਿਲਾਂ ਤਾਂ ਨਸ਼ਾ ਕਰਦੇ ਨੇ ਅਤੇ ਫਿਰ ਜਦੋਂ ਸਕੂਲ ਦੇ ਵਿੱਚੋਂ ਛੁੱਟੀ ਹੁੰਦੀ ਹੈ ਤਾਂ ਲੜਕੀਆਂ ਦੇ ਨਾਲ ਸਿੱਧਾ ਹੀ ਛੇੜਖਾਨੀ ਕੀਤੀ ਜਾਂਦੀ ਹੈ। ਮਸਲਾ ਇਹ ਹੈ ਜੀ, ਇੱਥੇ ਸ਼ਰੇਆਮ ਚਿੱਟਾ ਵਿਕਦਾ, ਐਰੋ ਕੋਲੇ ਵਿਕਦਾ, ਮੰਦਰ ਕੋਲੇ ਤੇ ਇੱਥੇ ਵੀ ਵਿਕਦਾ ਜੀ। ਇੱਥੇ ਜਦੋਂ ਮਰਜ਼ੀ ਆ ਕੇ ਵੇਖ ਲਓ ਜੀ, 15-20 ਵੇਚਦੇ ਖੜੇ ਹੁੰਦੇ ਆ, ਜਦੋਂ ਪੁਲਿਸ ਆਉਂਦੀ ਰੂਟਰ ਮਾਰਦੀ ਉਦੋਂ ਭੱਜ ਜਾਂਦੇ ਆ ਜੀ। ਕੀ ਪਤਾ ਜੀ, ਪੈਸੇ ਲੈ ਕੇ, ਪੈਸੇ ਮਹੀਨਾ ਜਾਂਦਾ, ਹਫ਼ਤਾ ਜਾਂਦਾ ਜੀ, ਤਾਂ ਇਹ ਤਾਂ ਕੁਛ ਕਰਦੀ ਨੀ ਪੁਲਿਸ ਜੀ। ਹੁਣ ਆਏ ਆ, ਵੇਖ ਕੇ ਮੁੜ ਗਏ ਆ ਜੀ। ਚਾਚੇ ਸਾਡੇ ਕਈ ਉਹਨਾਂ ਨੇ ਰੋਕਣ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਸ਼ੀਸ਼ੇ ਉਹਨਾਂ ਦਾ ਘਰ ਉਹਨਾਂ ਦਾ ਭੰਨਿਆ ਇਹਨਾਂ ਬੰਦਿਆਂ ਨੇ ਲੜਾਈ ਦੇ ਵਿੱਚ, ਆਟੋ ਭੰਨਿਆ, ਦੁਸ਼ਮਣੀ ਇਹਨਾਂ ਨੂੰ ਕਹਿ ਦਿੰਦਾ, ਜੇ ਕੋਈ ਕਹੀਦਾ ਉਹਨਾਂ ਨੂੰ ਵੀ ਆਪਾਂ ਇਕੱਠੇ ਕਰ ਲਈਏ ਤੇ ਬਾਈ ਜੀ ਕਹਿ ਦਿੰਦੇ ਸਾਡੀ ਦੁਸ਼ਮਣੀ ਪੈਂਦੀ ਆ। ਬਾਈ ਜੀ ਮਸਲਾ ਜੀ, ਸਾਡੇ ਬੱਚੇ ਗਰਲ ਸਕੂਲ ਦੇ ਵਿੱਚ ਪੜ੍ਹਦੇ ਆ ਜੀ, ਸਾਡਾ ਆਪਦਾ ਆਟੋ ਆ ਜੀ, ਬ੍ਰਦਰ ਮੇਰਾ ਮੇਰੇ ਤੋਂ ਵੱਡਾ ਉਹ ਬੱਚੇ ਲੈ ਕੇ ਆ ਰਿਹਾ ਸੀਗਾ ਜੀ, ਸਾਡੀਆਂ ਆਪਦੀਆਂ ਬੇਟੀਆਂ ਸੀਗੀਆਂ ਜੀ ਵਿੱਚ ਉਹਦੇ। ਇਹ ਜਿਹੜੇ ਨਸ਼ੇੜੀ ਆ ਜੀ, ਅੰਬੇਦਕਰ ਨਗਰ ਦੇ ਨਸ਼ੇੜੀ ਆ ਜੀ, ਚਿੱਟਾ ਦੇ ਇਹ ਬੱਚਿਆਂ ਨੂੰ ਗਲਤ ਫਲਤ ਬੋਲਦੇ ਸੀਗੇ ਜੀ, ਬ੍ਰਦਰ ਨੇ ਰੋਕਿਆ ਇੱਥੇ ਆ ਕੇ ਅੰਬੇਦਕਰ ਨਗਰ ਦੇ ਕੋਲ ਜੀ, ਕਹਿੰਦਾ ਵੀ ਤੁਸੀਂ ਨਾ ਤੁਸੀਂ ਬੱਚਾ ਨੇ ਛੇੜਖਾਨੀਆਂ ਕਰੋ ਜੀ, ਮੈਂ ਤੁਹਾਨੂੰ ਕੁੱਟੂ, ਤੇ ਬੱਚੇ ਮੇਰੇ ਬ੍ਰਦਰ ਦੇ ਗਲ ਪੈ ਗਏ ਜੀ ਮੇਰੇ ਦੇ, ਤੇ ਮੇਰੇ ਭਤੀਜ ਦੇ ਵੀ ਛੋਟੇ ਦੇ ਜੀ, ਉਹਦੇ ਇੱਥੇ ਲੱਤ ਦੇ ਕਿਰਪਾਨ ਮਾਰੀ ਆ ਜੀ ਉਹਨਾਂ ਨੇ ਜੀ, ਬੱਚੇ ਵੀ ਨਾਲ ਸੀਗੇ ਉਹਨਾਂ ਦੇ, ਤੁਸੀਂ ਮੇਰੇ ਘਰ ਦਾ ਮੌਕਾ ਵੇਖ ਲਓ ਜਾ ਕੇ ਜੀ, ਇੱਟਾਂ ਰੋੜੇ ਬਾਰ ਮੂਹਰੇ ਮੇਰੇ ਪੂਰੇ ਖਿਲਾਰੇ ਪਏ ਜੀ, ਇੱਥੇ ਪੂਰੀ ਗੁੰਡਾਗਰਦੀ ਕੀਤੀ ਹੈ ਜੀ, ਸ਼ਰੇਆਮ ਚਿੱਟਾ ਵੇਚਦੇ ਆ ਇਹ ਜੀ, ਬਾਹਲੀ ਗੱਲ ਆਈ, ਉਹਨਾਂ ਤੁਹਾਨੂੰ ਘਰ ਵਿਖਾ ਲੈਂਦੇ, ਇੱਥੇ ਇੱਥੇ ਧਰਮਸ਼ਾਲਾ ਦੇ ਕੋਲੇ ਖੜ ਕੇ ਜੀ, ਜੋਨੀ ਦੀ ਦੁਕਾਨ ਕੋਲੇ ਜੀ, ਉਧਰ ਸ਼ਿਵ ਮੰਦਿਰ ਦੇ ਕੋਲੇ ਜੀ, ਤਿੰਨ ਟਿਕਾਣੇ ਜੀ ਚਿੱਟਾ ਵੇਚਣ ਵਾਲੇ ਸ਼ਰੇਆਮ ਇਹਨਾਂ ਦੇ ਜੀ, ਚਿੱਟਿਆਂ ਦੀ ਪੁਲਿਸ ਜੀ ਬਸ ਕਹਿ ਦਿੰਦੇ ਅਸੀਂ ਕਾਰਵਾਈ ਕਰਾਂਗੇ ਜੀ, ਐਂ ਕਰਾਂਗੇ, ਬਾਕੀ ਪ੍ਰਮਾਤਮਾ ਨੂੰ ਪਤਾ ਜੀ। ਮੰਗ ਅਸੀਂ ਇਹ ਕਰਦੇ, ਸਾਨੂੰ ਇਨਸਾਫ਼ ਮਿਲਣਾ ਚਾਹੀਦਾ, ਚਿੱਟਾ ਇੱਥੋਂ ਬੰਦ ਹੋਣਾ ਚਾਹੀਦਾ ਜੀ, ਭਗਵੰਤ ਮਾਨ ਨੇ ਚਿੱਟੇ ਦੇ ਨਾਂ ਤੇ ਵੋਟਾਂ ਲਈਆਂ ਜੀ, ਮੈਂ ਚਿੱਟਾ ਖਤਮ ਕਰੂੰਗਾ ਮੈਂ, ਪਰ ਸਾਨੂੰ ਨੀ ਲੱਗਦਾ ਵੀ ਸਾਡੇ ਅੰਬੇਦਕਰ ਨਗਰ ਦੇ ਵਿੱਚੋਂ ਚਿੱਟਾ ਖਤਮ ਹੋ ਜਾਊਗਾ, ਸਾਡੀਆਂ ਕੁੜੀਆਂ ਬੁੜੀਆਂ ਨੂੰ ਸਾਡੀਆਂ ਨੂੰ ਲੰਘਣਾ ਮੁਸ਼ਕਲ ਹੋਇਆ ਪਿਆ ਇੱਥੋਂ, ਅੰਬੇਦਕਰ ਨਗਰ ਦੇ ਵਿੱਚੋਂ, ਇਸ ਗਲੀ ਮਹੱਲੇ ਦੇ ਵਿੱਚੋਂ, ਗਲੀ ਗਲੀ ਦੇ ਵਿੱਚੋਂ ਸਾਨੂੰ ਲੰਘਣਾ ਮੁਸ਼ਕਲ ਹੋਇਆ ਪਿਆ, ਸਾਨੂੰ ਇਹ ਹੋਇਆ ਪਿਆ ਵੀ ਅਸੀਂ ਆਪਦੀਆਂ ਬੇਟੀਆਂ ਪੜ੍ਹਾਈਏ ਤੇ ਉਹਨਾਂ ਨੂੰ ਬਚਾਈਏ।
ਸਾਨੂੰ ਬਹੁਤ ਔਖਾ ਹੋਇਆ ਪਿਆ, ਅਸੀਂ ਅੰਦਰ ਕਿੰਨਾ ਚਿਰ ਆਪਦੇ ਬੱਚਿਆਂ ਨੂੰ ਵਾੜੀ ਰੱਖਾਂਗੇ ਅਸੀਂ। ਅਸੀਂ ਸਾਰੇ ਬੰਦੇ ਜਿੰਨੇ ਸਾਰੇ ਮਜ਼ਦੂਰੀ ਕਰਦੇ ਆ, ਇਹ ਬੰਦੇ ਇਹਨਾਂ ਦੀਆਂ ਮਾਵਾਂ ਠੀਕ ਆ ਘਰਾਂ ਦੇ ਵਿੱਚ ਕੰਮ ਕਰਦੀਆਂ, ਪਰ ਆਪ ਚਿੱਟਾ ਵੇਚਦੇ ਇਹ ਮੁੰਡੇ ਸ਼ਰੇਆਮ, ਛੇ ਕੋਈ ਦਿਹਾੜੀ ਨਹੀਂ ਕਰਦਾ, ਕੋਈ ਕੁਛ ਨਹੀਂ। ਜਿੰਨੇ ਅੰਬੇਦਕਰ ਨਗਰ ਦੇ ਮੁੰਡੇ ਵਿਹਲੇ ਆ, ਸਾਨੂੰ ਪੁੱਛ ਕੇ ਵੇਖੋ ਤੇ ਕਿੰਨੇ ਵਿਹਲੇ ਆ, ਸਾਰੇ ਚਿੱਟਾ ਵੇਚਦੇ ਇੱਥੇ। ਪੁਲਿਸ ਰੇਡ ਮਾਰਦੀ ਆ, ਦੂਰੋਂ ਹੂਟਰ ਛੱਡ ਦਿੰਦੇ ਆ ਉਹਦੇ ਨੂੰ ਫਰਾਰ, ਉਹਦੇ ਨੂੰ ਫਰਾਰ ਪੁਲਿਸ ਜਦੋਂ ਦੂਰੋਂ ਹੂਟਰ ਮਾਰਦੇ ਉਹਦੇ ਨੂੰ ਚਿੱਟੇ ਵਾਲੇ ਸੌਦਾਗਰ ਫਰਾਰ। ਜੋਨੀ ਦੀ ਦੁਕਾਨ ਕੋਲੇ ਤੁਹਾਨੂੰ ਤੜਕੇ ਸੁਬਾਹ ਬੈਠੇ ਵਿਖਾ ਦਾਂਗੇ ਤੁਹਾਨੂੰ, ਜਦੋਂ ਇੱਥੇ ਮਰਜ਼ੀ ਦੀ ਦੁਪਹਿਰੇ ਸ਼ਾਮ ਨੂੰ ਜਦੋਂ ਮਰਜ਼ੀ ਮੰਦਰ ਕੋਲੇ ਦੁਪਹਿਰੇ ਮਰਜ਼ੀ ਆ ਕੇ ਵੇਖ ਲਓ ਜੀ ਤੁਸੀਂ ਜੀ, ਸ਼ਰੇਆਮ ਚਿੱਟਾ ਵੇਚਦੀ। ਅਸੀਂ ਅੱਕੇ ਪਏ ਹਾਂ ਜੀ ਸਰਕਾਰ ਨੂੰ, ਅਸੀਂ ਇਹ ਕਹਿੰਦੇ ਸਾਨੂੰ ਮਜਬੂਰ ਨਾ ਕਰ ਦਿਓ ਸਾਨੂੰ ਹੱਥ ਚੱਕਣ ਵਾਸਤੇ ਜੀ, ਸਾਨੂੰ ਆਪਦੇ ਬੱਚਿਆਂ ਦੀ ਆਪ ਨਾ ਰਾਖੀ ਕਰਨੀ ਪੈ ਜੇ ਸਾਨੂੰ। ਮਤਲਬ ਆਈ ਜੀ ਕੁੜੀਆਂ ਆਈ ਜਾਂਦੀਆਂ ਸੀ ਗਰਲ ਸਕੂਲ ਤੋਂ, ਗਰਲ ਸਕੂਲ ਚ ਲੱਗੀਆਂ ਆਟੋ ਤੇ ਆਈ ਜਾਂਦੀਆਂ ਸੀ, ਇਹ ਮੁੰਡਿਆਂ ਨੇ ਕੀ ਕੀਤਾ ਪਿੱਛੋਂ ਗਰਲ ਸਕੂਲ ਚ ਉਹਨਾਂ ਦੇ ਮਗਰ ਇਹ ਸੀਟੀਆਂ ਮਾਰਦੇ ਸੀ, ਠੀਕ ਆ। ਉਹ ਕੁੜੀਆਂ ਕਹਿੰਦੀਆਂ ਵੀ 2-3 ਦਿਨ ਹੋ ਗਏ ਸੀ ਸਾਨੂੰ ਡਰਾਉਂਦਿਆਂ ਨੂੰ, ਇੱਥੇ ਜੇ ਪਰੇਸ਼ਾਨ ਕਰਦੇ ਉਹਨਾਂ ਦੇ ਮਗਰ ਇਹਨਾਂ ਨੇ ਮੋਟਰਸਾਈਕਲ ਲਾਇਆ ਇਸ ਜਗ੍ਹਾ ਤੇ। ਜਦੋਂ ਆ ਕੇ ਇੱਕ ਗੁੜੀਆ ਨੂੰ ਆ ਖੜੀ ਇੱਧਰ, ਪ੍ਰੀਤ ਕਿੱਥੇ ਆ, ਉਰੇ ਆ, ਇਹ ਗੁੜੀਆ ਨੂੰ ਤਾਰਨ ਲੱਗੇ ਇੱਥੇ, ਤੇ ਉਹ ਦੂਜੀਆਂ ਕੁੜੀਆਂ ਨੂੰ ਵਿੱਚੋਂ ਖਿੱਚਾ ਧੂਈ ਕਰਨ ਲੱਗ ਗਏ ਉਹਨਾਂ ਕੋਲੇ। ਇੱਕ ਮੁੰਡੇ ਦਾ ਨਾਂ, ਇੱਕ ਮੁੰਡੇ ਦੇ ਡੈਡੀ ਦਾ ਨਾਂ ਰਾਜੂ ਆ, ਭਿੰਦਰ ਕੇ ਆ ਸਾਰੇ। ਉਹ ਮੁੰਡਿਆਂ ਦਾ ਨਾਂ ਕੀ ਆ ਵੀ ਮੁੰਡਿਆਂ ਦਾ, ਇੱਕ ਦਾ ਨਾਂ ਬਿੱਲਾ ਗਾ, ਇੱਕ ਦਾ ਨਾਂ ਕੀ ਸ਼ਰਮੇ। ਇਹਨਾਂ ਦੇ ਘਰ ਤੋਂ ਆਈ ਜੀ ਸਾਰਾ ਮਹੱਲਾ ਹੀ ਤੰਗ ਆਇਆ ਪਿਆ, ਇੱਕ ਸਾਰਾ ਮਹੱਲਾ ਇਹਨਾਂ ਤੋਂ ਪਰੇਸ਼ਾਨ ਆ, ਇਹਨਾਂ ਤੋਂ ਰਾਜੂ ਭਿੰਦਰ ਕਿਆ ਤੋਂ। ਇਹਨਾਂ ਨੇ ਬਹੁਤ ਮੁੰਡੇ ਤਾਂ ਮਰਵਾ ਹੀ ਦਿੱਤੇ ਆ, ਆਪੇ ਵੇਚਣ ਲਾ ਦਿੰਦੀਆਂ, ਮੁੜ ਕੇ ਆਪੇ ਉਹਨਾਂ ਨੂੰ ਲਾਉਣ ਲਾ ਦਿੰਦੀਆਂ, ਕਮਾਈ ਖਾਂਦੀਆਂ ਘਰੇ ਬਹਿ ਕੇ। ਅਸੀਂ ਬਾਈ ਜੀ ਘਰਾਂ ਚ ਅਸੀਂ ਕੰਮ ਕਰਦੀਆਂ, ਭਲਾ ਜਾ ਕੇ ਪੁੱਛ ਲਓ, 6-6, 7-7 ਘਰਾਂ ਦਾ ਕੰਮ ਕਰਦੀਆਂ, ਪੋਚੇ ਲਾ ਕੇ ਆਉਂਦੀਆਂ, ਤੇ ਫਿਰ ਵੀ ਇਹ ਸਾਡੀਆਂ ਬੱਚਿਆਂ ਨੂੰ ਸਰਕਾਰੀ ਸਕੂਲ ਚ ਵੀ ਨੀ ਪੜ੍ਹਨ ਦਿੰਦੀਆਂ, ਤੇ ਸਾਥੋਂ ਹੋਰ ਸਕੂਲਾਂ ਚ ਤਾਂ ਲਾਏ ਨੀ ਜਾਂਦੇ, ਨਾ ਇਹਨਾਂ ਰਾਖੀਆਂ ਹੁੰਦੀਆਂ, ਉੱਥੇ ਕੁੜੀਆਂ ਜਾਂਦੀਆਂ। ਇਹਨਾਂ ਨੇ ਇੱਥੇ ਅੱਜ ਬਹੁਤ ਗੁੰਡਾਗਰਦੀ ਕੀਤੀ, ਸਾਰਾ ਆਟੋ ਵੀ ਭੰਨਤਾ ਤੇ ਮੁੰਡੇ ਦੇ ਵੀ ਬਹੁਤ ਸੱਟਾਂ ਮਾਰੀਆਂ। ਪੁਲਿਸ ਕੋਈ ਕਾਰਵਾਈ ਨਹੀਂ ਕਰਦੇ ਵੀ ਅੰਦਰ ਵੜ ਕੇ ਪੈਸੇ ਅਗਲੇ ਲੈ ਜਾਂਦੇ। ਸਾਰਿਆਂ ਨੂੰ ਕਾਫੀ ਦਿਨ ਤੋਂ ਇਹਨਾਂ ਗੁੰਡੇਗਰਦੀ ਲੋਕ ਜਿਹੜੇ ਨਾ ਸਕੂਲ ਦੇ ਆਉਂਦੇ ਜਾਂਦੇ ਜਦੋਂ ਕਦੇ ਬੱਚਿਆਂ ਨੂੰ ਲੰਘਦੇ ਟੱਪਦੇ ਪਰੇਸ਼ਾਨ ਕਰਦੇ ਆ ਜੀ, ਤੇ ਮੈਂ ਨਿਤ ਇਹਨਾਂ ਨੂੰ ਦੇਖ ਕੇ ਅੱਖਰ ਘੂਰ ਦਿੰਦਾ, ਬੱਚਾ ਡਰ ਕੋਈ ਮਨ ਚ ਡਰ, ਇਹ ਡਰ ਨਹੀਂ ਮੰਨਦੇ ਲੋਕ ਜੀ। ਤੇ ਅੱਜ ਖੀਰੀ ਅਚਾਨਕ ਹੀ ਬੱਚਿਆਂ ਨੂੰ ਆਟੋ ਦੇ ਚੱਲਦੇ ਹੋਏ ਸਮੇਂ ਤੇ ਬੱਚਦਿਆ ਬਾਂਹ ਫੜ ਕੇ ਕੁਛ ਕਹਿੰਦਾ ਹੈਲੋ ਨੰਬਰ ਦਿਓ, ਹੈਲੋ ਨੰਬਰ ਦਿਓ ਬੱਚਿਆਂ ਨੂੰ ਇੱਕ ਦੂਜੇ ਨੂੰ ਕਰਨ। ਫਿਰ ਮੈਂ ਖੀਰੀ ਆਟੋ ਰੋਕ ਕੇ ਤੇ ਮੈਂ ਕਿਹਾ ਕਿ ਕੀ ਗੱਲ ਤੁਹਾਨੂੰ ਕੀ ਪਰੇਸ਼ਾਨੀ ਆ, ਤੇ ਸਰ ਇਹ ਮੈਨੂੰ ਕਹਿੰਦੇ ਤੂੰ ਚੱਲ ਕੰਮਨ ਗੇਟ ਤੇ ਨਾਲ ਗੱਲ ਕਰਦੇ ਹਾਂ ਉੱਥੇ ਜਾ ਕੇ। ਇਹਨਾਂ ਨੇ ਮਿੰਟੋ ਮਿੰਟ ਉੱਥੋਂ ਫੋਨ ਕੀਤੇ ਜੀ, ਮੈਂ ਤਾਂ ਹਰੇ ਬੱਚਾ ਤਾਰ ਨਹੀਂ ਲੱਗੇ ਗਿਆ ਉਹਦੇ ਮਗਰ ਦੀ ਰੋੜਾ 18 ਦਿਨ ਮੇਰੇ ਸ਼ੀਸ਼ੇ ਵਿੱਚ ਵੱਜੇ ਵਾ, ਬੱਚੇ ਆਪਣੇ ਆਪ ਹੀ ਸਟੈਂਡ ਹੋ ਗਏ। ਇਹ ਬੱਚਾ ਜਿਹੜਾ ਦਾਖਲ ਕੀਤਾ ਹੋਇਆ ਇਹ ਡਾਲੇ ਦੇ ਬੈਕ ਸਾਈਡ ਤੇ ਮਗਰਲੀ ਸੀਟ ਤੇ ਬੈਠਾ ਹੋਇਆ ਸੀਗਾ ਜੀ, ਇਹ ਤਾਂ ਮਗਰ ਦੀ ਬਾਜ਼ੀ ਮਰੀਰ ਲੈ ਕੇ ਨਾਲ ਦੀ ਨਾਲ ਕਿਰਪਾਨਾ ਕੱਢ ਕੇ ਚਲਾਉਣ ਲੱਗ ਪਏ। ਜਿਹੜਾ ਅਸਤਰ ਹੈਗਾ ਉਹ ਅਸੀਂ ਫੜਾ ਕੇ ਆਏ ਕਤਵਾਲੀ ਵਿੱਚ ਜੀ, ਇਹਨਾਂ ਦਾ ਕੋਈ ਕਿਰਪਾਨ ਜੀ ਇਹਨਾਂ ਦੀ ਫੜਾ ਕੇ ਆਏ, ਇਹਦਾ ਅਨਮੋਲ ਹੰਸ ਆ ਜੀ, ਬਲੀਵ ਸਕੂਲ ਚ ਜੀ, 9th ਕਲਾਸ ਆ ਜੀ। ਹਾਂਜੀ ਕਿਰਪਾਨ ਵੱਜੀ ਮੌਕੇ ਤੇ ਜੀ, ਹੁਣ ਤਾਂ ਇੱਕ ਵਾਰੀ ਉੱਥੇ ਕਾਰਵਾਈ ਕਰਨ ਗਏ ਹੋਏ ਆ। ਉਹ ਮਹੱਲੇ ਦੇ ਜਮਾਂ ਘਟੀਆ ਨਿਸ਼ਾਨ ਜੀ, ਜਿਹੜੇ ਨਸ਼ਈਏ ਬੱਚੇ ਆ ਜੀ ਉਹ ਹੋਏ। ਹਾਂਜੀ ਸਭ ਤੋਂ ਨਸ਼ਈਏ।